ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਪਟਨਾ ਸਾਹਿਬ ਬਿਹਾਰ ਦੀ ਸੀਟ ਬਾਰੇ ਗੱਲ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਜਗਜੀਤ ਸਿੰਘ ਗਰੇਵਾਲ, ਜੋ ਕਿ ਅੱਜ ਉੱਥੇ ਪੂਰਾ ਦਿਨ ਜੋ ਕਿ ਸਾਰੇ ਜੋ ਕਿ ਲੁੱਕ ਆਫਟਰ ਕਰਦੇ ਨੇ ਸਾਰੇ ਇਲੈਕਸ਼ਨ ਦੇ ਵਿੱਚ, ਉਹਨੂੰ ਆਪਣੀ ਪੈਣੀ ਨਜ਼ਰ ਨਾਲ ਦੇਖਦੇ ਉਹਨਾਂ ਨਾਲ ਜੁੜਦੇ ਆ। ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਜੀ ਪਟਨਾ ਸਾਹਿਬ ਦੀ ਸੀਟ ਦੇ ਵਿੱਚ? ਅੱਜ ਉਹ ਪੋਲਿੰਗ ਹੋ ਰਹੀ ਸੀਗੀ, ਕਿਸ ਤਰ੍ਹਾਂ ਦਾ ਉਹ ਪੋਲਿੰਗ ਹੋਏ, ਕੀ ਪਰਸੈਂਟੇਜ ਰਹੀ, ਕਿਹੜੇ ਕਿਹੜੇ ਕੈਂਡੀਡੇਟ ਸੀਗੇ, ਜਾਣਨਾ ਚਾਹਾਂਗੇ। ਪੋਲਿੰਗ ਕਿਸ ਤਰੀਕੇ ਦੀ ਰਹੀ, ਕਿੰਨੇ ਪਰਸੈਂਟ ਪੋਲਿੰਗ ਰਹੀ? ਪੋਲਿੰਗ ਵੀਰ ਇੱਥੇ ਠੀਕ ਰਹੀ, ਮਤਲਬ ਨੋਰਮਲੀ ਇੱਥੇ ਅਰਾਊਂਡ 50-55% ਤੱਕ ਚੱਲਦੀ ਆ। ਵਧੀਆ, ਬਹੁਤ ਵਧੀਆ ਆਪਾਂ ਨਹੀਂ ਕਹਿ ਸਕਦੇ, ਲੇਕਿਨ ਅਰਾਊਂਡ ਇੰਨੀ ਕਿ ਕਈ ਸਾਲਾਂ ਤੋਂ ਆਪਾਂ ਅਬਜ਼ਰਵ ਕਰਦੇ ਹੁੰਦੇ ਹਾਂ ਤਾਂ ਠੀਕ ਹੈ। ਠੀਕ ਹੈ ਠੀਕ ਹੈ ਠੀਕ ਹੈ। ਪਟਨਾ ਸਾਹਿਬ ਦੀ ਆਪਾਂ ਜੇ ਗੱਲ ਕਰਦੇ ਹੈਗੇ ਤੇ ਕਿਹੜੇ ਕਿਹੜੇ ਏਰੀਆ ਇਸ ਦੇ ਵਿੱਚ ਆ ਜਾਂਦੇ ਹੈਗੇ, ਤਕਰੀਬਨ ਕਿਹੜੇ ਕਿਹੜੇ ਜਿਹੜੇ ਇਲਾਕੇ ਆ ਜਾਂਦੇ ਆ? ਇੱਧਰੋਂ ਆਪਾਂ ਦੇਖਿਆ ਜਾਵੇ ਤਾਂ ਇੱਧਰ ਸਤੂਆ ਤੱਕ ਕੀਨਾਮਾ ਇਲਾਕਾ ਹੈਗਾ ਵਾ, ਉਹ ਤੱਕ ਤੇ ਆਪਣਾ ਪਟਨਾ ਸਾਹਿਬ ਦਾ ਜਿਹੜਾ ਮੇਨ ਇਲਾਕਾ ਵਾ, ਇਹ ਸਾਰੇ ਆਪਣੇ ਇਹਦੇ ਚ ਆ ਜਾਂਦੇ। ਠੀਕ ਹੈ ਠੀਕ ਹੈ ਠੀਕ ਹੈ। ਤੇ ਲੋਕਾਂ ਦੇ ਵਿੱਚ ਕਿਸ ਤਰੀਕੇ ਦਾ ਮਤਲਬ ਕਿ ਚਾਹ ਸੀਗਾ, ਐਕਸਾਈਟਮੈਂਟ ਸੀਗੀ ਵੋਟਾਂ ਨੂੰ ਲੈ ਕੇ, ਕੀ ਲੋਕੀ ਆ ਰਹੇ ਸੀਗੇ ਆਪਣੇ ਆਪ ਘਰਾਂ ਤੋਂ ਕਿ ਲਿਆਣਾ ਪੈਣਾ ਸੀਗਾ? ਆਉਂਦੇ ਆ ਭਾਜੀ, ਆ ਰਹੇ ਸੀਗੇ। ਦੇਖੋ ਇਹ ਜਿਹੜੇ ਆਪਣੇ ਇੱਥੇ ਇੰਡੀਆ ਦੇ ਜਦੋਂ ਜਦੋਂ ਆਪਾਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਨੇ ਨਾ, ਤੇ ਉਹਦੇ ਚ ਤੇ ਵਿਧਾਨ ਸਭਾ ਦੇ ਜਦੋਂ ਇਲੈਕਸ਼ਨ ਹੁੰਦੇ ਨੇ ਦੋਨਾਂ ਚ ਫਰਕ ਪੈ ਜਾਂਦਾ। ਵਿਧਾਨ ਸਭਾ ਦੇ ਇਲੈਕਸ਼ਨ ਚ ਜ਼ਿਆਦਾ ਹੁੰਦਾ, ਲੋਕ ਸਭਾ ਚ ਥੋੜਾ ਜਿਹਾ ਘੱਟ ਜਾਂਦਾ। ਠੀਕ ਹੈ ਠੀਕ ਹੈ, ਪੋਲਿੰਗ ਠੀਕ ਹੋਈ ਤੇ ਠੀਕ ਹੈ, ਸ਼ਾਂਤੀ ਦੇ ਨਾਲ ਜਿਹੜਾ ਹੋਇਆ ਕੰਪਲੀਟ। ਠੀਕ ਹੈ ਠੀਕ ਹੈ। ਆਪਣੇ ਵੱਲੋਂ ਕੋਈ ਸੁਨੇਹਾ ਕੋਈ ਅਕਾਲ ਚੰਦ ਦੇਖ ਰਹੇ ਦਰਸ਼ਕਾਂ ਨੂੰ ਦੇਣਾ ਚਾਹੋਗੇ? ਲੋਕਾਂ ਨੇ ਵੋਟ ਪਾਈ ਆ, ਜਿਹਨੂੰ ਵੀ ਪਾਈ ਆ, ਉਹ ਅੱਗੇ ਵੱਧ ਕੇ ਲੋਕਾਂ ਦੀ ਸੇਵਾ ਕਰੇ, ਲੋਕਾਂ ਦਾ ਵੋਟ ਦਾ ਮਾਣ ਰੱਖੇ, ਜਿੱਥੇ ਵੀ ਜਿੱਥੇ ਵੀ ਪੂਰੇ ਆਲ ਓਵਰ ਇੰਡੀਆ ਜਿੱਥੇ ਵੀ ਜਿਹਨੂੰ ਜਿਸ ਬੰਦੇ ਨੇ ਵੋਟ ਪਾਈ ਆ, ਜੋ ਜਿੱਤ ਰਿਹਾ ਉਹਨੂੰ ਮਾਣ ਰੱਖਣਾ ਚਾਹੀਦਾ ਲੋਕਾਂ ਦਾ, ਸੇਵਾ ਕਰਨੀ ਚਾਹੀਦੀ ਲੋਕਾਂ ਦੀ। ਠੀਕ ਹੈ ਜੀ, ਜਗਜੀਤ ਸਿੰਘ ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਸੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੀਰੇ, ਥੈਂਕ ਯੂ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।